आकाश वाणी कावरा विकास शर्मा कोला झारखंडी च सख्त सुरक्षा बंदोबस्त एट दुए दे आखिरी मरले दे 12 जिले पर दे 38 अल्केंच रमानदारी करने मैदान ओवा प्रधानमंत्री नरेंद्र मोदी और ਗੁਆਨਾ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਇਰਫਾਨ ਅਲੀ ਉੰਦੇ ਕੰਨੇ ਜੇ ਜਾਰਜੀ ਟਾਊਨ ਚ ਅੱਜ ਸੰਝਾ ਗੱਲਬਾਤ ਕਰਨਗਣ ਰੱਖਿਆ ਮੰਤਰੀ ਰਾਨਾ ਸਿੰਘੂਰੇ ਲਾਉਸੀ ਚ ਆਪਣੇ ਚੀਨੀ ਹਮਰਤਵਾ ਉੰਦੇ ਕੰਨੇ ਦਵਖਿਆ ਬੈਠਕ ਕੀਤੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵੋਰੇ ਆਖਿਆ ਜੇ ਭਾਰਤ ਦੀ ਰਚਨਾਤਮਕ ਅਰਥਵਿਵਸਥਾ 3 ਬਿਲੀਅਨ ਡਾਲਰ ਦੇ ਉਦਯੋਗ ਦੇ ਤੌਰ 'ਤੇ ਉਭਰੀ ਹੈ ਸੰਸਦੀ ਸਿਆਲੇ ਵਾਲੇ اجلاس થਾਂ ਪਹਿਲੇ ਸਰਕਾਰ ਨੇ ਸਰਬਦਲੀ ਬੈਠਕ ਸੱਦੀ ਹੈ ਹੁਣ ਖਬਰਾਂ ਤਫਸੀਲ ਕਰਨੇ Jharkhand ਚ ਸੁਰੱਖਿਆ ਦੇ ਨਿਗਰ ਬੰਦੋਬਸਤ ਦੇ ਮੱਦੇ ਨਜ਼ਰ 12 ਜ਼ਿਲ੍ਹੇ ਦੇ 38 ਅਲਕੇਂਚ ਮਦਾਨ ਦਾ ਦੂਆ ਤੇ ਅਖੀਰੀ ਮਰਲਾ ਸੰਪੰਨ ਹੋ ਹੀ ਗਿਆ ਇਹਦੇ ਚ ਰਮਾਨਦਾਰੀ ਕਰਨੇ ਮਦਾਨ ਦਿਖਨੇ ਕੀ ਮਿਲਿਆ ਹੈ ਅੱਜ ਦੇ મતદાન ਦੇ ਮਗਰਾ EVM ਵਿੱਚ 55 ਮੇਲਾਂ ਸਨ 528 ਮੇਦਵਾਰੇ ਦੇ ਸਿਆਸੀ ਭਾਗੇ ਉੱਪਰ ਮੋਹਰ ਲੱਗੀ ਗਈ ਹੈ ਬੋਟੀਆਂ ਦੀ ਗਿਣਤਰੀ ਇਸਮੀ ਨੇ ਦੀ 33 ਦੀ ਓਗ ਇਸ ਮਰਲੇ ਦੌਰਾਨ ਜਿਨੇ ਲੋਕਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਣਾ ਹੈ ਉੰਦੇ ਚ ਮੁੱਖ ਮੰਤਰੀ ਹੈਮੰਤ ਸੋਰੇਨ ਸਪੀਕਰ ਰਵਿੰਦਰਨਾਥ ਮਹਿੰਤੋ ਪ੍ਰਦੇਸ਼ ਬਾਜਪਾ ਅਧਿਐਕਸ਼ ਬਾਬੂ ਲਾਲ ਮਰਾਂਡੀ ਵਿਪਕਸ਼ੀ ਨੇਤਾ ਅਮਰ ਕੁਮਾਰ ਬੋਰੀ ए जे एस यू अध्यक्ष सुदेश कुमार महतो ਤੇ ਕਲਪਨਾ ਸੋਰੇਨ ਸ਼ਾਮਲਨ ਚਾਰ ਮੰਤਰੀ ਇਰਫਾਨ ਅंसारी ਹਾਫੀਜ਼ੁਲ हसन ਦੀਪਿਕਾ ਪਾਂਡੇ ਸਿੰਘ ਤੇ ਬੇਵੀ ਦੇਵੀ ਵੀ ਚੋਣ ਮੈਦਾਨ ਚ ਨਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੱਲ ਥਾਵਾ ਦੋ ਦਿਨੇ ਦੇ ਤੇਲੰгана ਦੌਰੇ ਉਪਰ ਰੋਂਗਣ ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਔਰ ਕੱਲ हैदराबाद وچ کوٹی دیپوتasambhavam 2024 وچ اسا ਲنگن ਸ਼ੁੱਕਰਵਾਰ 기 ਰਾਸ਼ਪਤੀ ਮੁਰਮੂ హైదరాబాద్ وچ ਲੋਕ ਮੰਥਨ 2024 وچ ਉਦਘਾਟਨੀ ਭਾਸ਼ਣ ਦੇੰਗਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ اور ਜਾਰਜ ਟਾਊਨ وچ ਗਵਾਨਾ ਦੇ ਰਾਸ਼ਪਤੀ ਡਾਕਟਰ ਮੁਹੰਮਦ ਇਰਫਾਨ ਅਲੀ ਉੰਦੇ ਕੰਨੇ ਅੱਜ ਸੰਝਾ ਗੱਲਬਾਤ ਕਰਨੇ ਦਾ ਕਾਰਜਕ੍ਰਮ ਹੈ ਗਲਬਾਤ ਮਗਰਾ ਕਈ ਸਮਝੌਤੇ ਉਪਰ ਦਸਤਖਤ ਉਹਨੇ ਦੀ ਮਿਹਦ ਹੈ ਪ੍ਰਧਾਨ ਮੰਤਰੀ ਔਰ ਤਰੇ ਦਿਨ ਦੇ ਦੂਰੇ ਉਪਰ ਅਜ ਬੜਲੇ ਗਵਾਨਾ ਪੂਜੇ ਇੱਕ ਟਕੋਦੀ ਗੈਂਪੁਰਦੇ ਹੋਈ ਰਾਸ਼ਟਰਪਤੀ ਔਰ ਇੱਕ ਦਰਜਨ ਥਵਾ ਮਤੇ ਕੈਬਨਿਟ ਮੰਤਰੀ ਕੰਨੇ ਅਵਾਈ ਅੱਡੇ ਉਪਰ ਉੰਦਾ ਸਵਾਗਤ ਕੀਤਾ ਪ੍ਰਧਾਨ ਮੰਤਰੀ ਔਰ ਦੂਏ ਕੈਰੀਕਾਮ ਸਦਸਿਅ ਮੁਲਕੇ ਦੇ ਨੇਤਾ ਕੰਨੇ ਬੈਠਕ ਕਰਗਨ ਕੈਰੀਕਾਮ ਜਾਨਿਸ ਕੈਰੀਬੀਆਈ ਸਮੁਦਾਏ ਤੇ ਸਾਂਝਾ ਬਾਜ਼ਾਰ ਵਿਕਾਸਸ਼ੀਲ ਮੁਲਕਾਂ ਦਾ ਸਮੂਹ ਐ ਪ੍ਰਧਾਨ ਮੰਤਰੀ ਉਰ ਕਲ ਗੁਆਨਾ ਦੀ ਸੰਸਦਗੀ ਸੰਬੋਧਿਤ ਕਰਨਗਣ ਉੰਦਾ ਭਾਰਤੀ ਮੂਲ ਦੇ ਲੋਕਿਆਂ ਕੀ ਸੰਬੋਧਿਤ ਕਰਨੇ ਦਾ ਵੀ ਕਾਰਜਕ੍ਰਮ ਐ ਹਾਲ ਚਿਰ ਭਾਰਤ ਤੇ ਗੁਆਨਾ ਵਿਚਕਾਰ ਉੱਚ ਪੱਧਰੀ ਸੰਪਰਕ ਕੀ ਤੇਜ਼ੀ ਆਈ ਐ ਰਾਸ਼ਟਰਪਤੀ ਇਰਫਾਨ ਅਲੀ ਪਿਛਲੇ ਬਰੇ ਜਨਵਰੀ ਚ ਪ੍ਰਵਾਸੀ ਭਾਰਤੀ ਦਵਸਤੇ ਮੁਖ ਪਰੋਨੇ ਹੈ ਖੇਤ ਰابطਾ ਅਕਸ਼ੇ ਊਰਜਾ ਤੇ ਪਾਣੀ ਸਰਵੰਧੀ ਖੇਤਰੀ ਚ ਭਾਰਤ ਦੀ ਗੁਆਇਨਾ ਕੰਨੇ ਲੰਮੀ ਅਬਦੀ ਆਲੀ ਵਿਕਾਸ ਪਿਆਲੀ ਹੈ ਦੌਰੇ ਦੌਰਾਨ ਗੁਆਇਨਾ ਪ੍ਰਧਾਨ ਮੰਤਰੀ ਔਰेंगी ਦਾ ਆਰਡਰ ਆਫ ਐਕਸੀਲੈਂਸ ਸਮਾਨ ਕਰਨੇ ਸਮਾਨਿਤ ਕਰੋਗ ਨੇਪਾਲ ਸਰਕਾਰ ਦੇ 10 ਪ੍ਰਮੁੱਖ ਮੰਤਰਾਲੇ ਤੇ ਵਿਭਾਗਾਂ ਦੇ 26 ਨੇਪਾਲੀ ਰਾਜਨਾਇਕਾਂ ਤੇ ਅਧਿਕਾਰੀਆਂ ਦਾ ਇੱਕ ਸਮੂਹ ਅੱਜ ਥਾਵਾਂ 30 ਨਵੰਬਰ 2024 ਤੱਕ ਭਾਰਤ ਦੀ ਯਾਤਰਾ ਉੱਪਰ ਪੁੱਜਦਾ ਹੈ ਇਸ ਦੌਰਾਨ ਇਹ ਰਾਜਨੈਕ ਤੇ ਅਧਿਕਾਰੀ ਸੁਸ਼ਮਾ ਸਵਰਾਜ ਇੰਸਟੀਚਿਊਟ ਆਫ ਫੋਰਨ ਸਰਵਿਸ SSIFS ਵਿਦੇਸ਼ ਮੰਤਰਾਲੇ ਨਵੀਂ ਦਿੱਲੀ ਚ ਨੇਪਾਲੀ ਰਾਜਨਾਇਕਾਂ ਤੇ ਅਧਿਕਾਰੀਆਂ ਦੇ ਲਈ ਬੱਲੇ ਖਾਸ ਸਿਖਲਾਈ ਕਾਰਜਕ੍ਰਮ ਚ ਇਸਾ ਲੈਂਗਨ ਨੇਪਾਲੀ ਰਾਜਨਾਇਕਾਂ ਤੇ ਅਧਿਕਾਰੀਆਂ ਦੇ ਇਸ ਸਮੂਹ ਚ ਵਿਦੇਸ਼ ਮੰਤਰਾਲੇ ਵਿੱਤ ਮੰਤਰਾਲੇ ਉਦਯੋਗ ਵਣਜ ਤੇ ਆਪੂਰਤੀ ਮੰਤਰਾਲੇ ਕਾਨੂੰਨ ਨਿਆਇ ਤੇ ਸੰਸਦੀય ਮਾਮਲੇ ਦੇ ਮੰਤਰਾਲੇ ਸੰਗੀਤ ਮਾਮਲੇ ਤੇ ਸਮਾਨਨੇ ਪ੍ਰਸ਼ਾਸਨ ਮੰਤਰਾਲੇ ਸੰਸਕ੍ਰਿਤੀ ਸਿਆਲਸਫਾ ਤੇ ਨਾਗਰਿਕ ਆਵਾਜ਼ੀ ਮੰਤਰਾਲੇ ਸ਼ਹਿਰੀ ਵਿਕਾਸ ਮੰਤਰਾਲੇ ਰਾਏ ਬਾਈ ਤੇ ਪਸ਼ੂ ਧੰਨ ਵਿਕਾਸ ਮੰਤਰਾਲੇ ਭੌਤਿਕ अवसंरचना ਤੇ ਟ੍ਰਾਂਸਪੋਰਟ ਮੰਤਰਾਲੇ ਤੇ ਰੇਲ ਵਿਭਾਗ ਦੇ ਪ੍ਰਤੀਨਿਧੀ ਸ਼ਾਮਲਨ ਸਿਖਲਾਈ ਕਾਜਕ੍ਰਮ ਚ ਕੁੱਲ ਸੰਸਾਰੀ ਰਾਜ ਨੀਤੀਕ ਤੇ ਆਰਥਿਕ ਪ੍ਰਸੰਗਿਕਤਾ ਵਪਾਰ ਤੇ ਸੰਪਰਕ ਜਲਵਾਯੂ ਬਦਲਾਵ ਤੇ ਮਨੁੱਖੀ ਮਦਦ ਵਿਕਾਸ ਸਾਂਝੇਦਾਰੀ ਸਾਂਝਾ ਸੰਸਕ੍ਰਿਤੀ ਤੇ ਵਿਰਾਸਤ ਦੇ ਮੁੱਦਿਆਂ ਉਪਰ ਮਾਡਿਊਲ ਸ਼ਾਮਲ ਉੰਗਣ ਤੇ ਇਹਦੇ ਚ ਨਵੀਂ ਦਿੱਲੀ ਦੇ ਬਾਹਰ ਇਤਿਹਾਸਿਕ ਤੇ ਸੈਲਸਫਾ ਦਿਲਚਸਪੀ ਵਾਲੇ ਸ਼ਹਿਰਾਂ ਤੇ ਥਾਰੇ ਦਾ ਦੌਰਾ ਵੀ ਸ਼ਾਮਲ ਹੋਗ ਕਾਠਮਾਂਡੂ ਚ ਭਾਰਤੀ ਦੂਤਾਵਾਸ ਵਿੱਚ ਮਿਸ਼ਨ ਦੇ ਉੱਪਰ ਮੁੱਖ ਪ੍ਰਸੰਨਾ ਸ਼੍ਰੀ ਵਾਸਤਵ ਹੋਰੇ ਭਾਰਤ ਲਈ ਰਵਾਨਾ ਹੋਣੇ ਤੋਂ ਪਹਿਲੇ ਛੇਬੀ ਨੇਪਾਲੀ ਰਾਜਨੀਤੀ ਤੇ ਅਧਿਕਾਰੀਆਂ ਕੰਨੇ ਗੱਲਬਾਤ ਕੀਤੀ ਇਹ ਖਬਰਾਂ ਤੁਸੀਂ ਆਕਾਸ਼ਵਾਨੀ ਉਪਰਾ ਸੁਣਾ ਕਰਦੇ ਹੋ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰੇ ਅੱਜ ਲਾਉਸਿਚ ਆਪਣੇ ਚੀਨੀ ਹਮਰਤਬਾ ਉੰਦੇ ਕੰਨੇ ਇੱਕ ਦਪਕੀਆ ਬੈਠਕ ਕੀਤੀ। ਰੱਖਿਆ ਮੰਤਰੀ ਔਰ ਆਸੀਆਨ ਰੱਖਿਆ ਮੰਤਰੀਆਂ ਦੀ ਬੈਠਕ ਪਲਾਸੀਚ ਹਿੱਸਾ ਲੈਣੇ ਲਈ ਲਾਉਸ ਦੇ ਤ੍ਰੈ ਦਿਨੇ ਦੇ ਦੌਰੇ ਉੱਪਰ ਰਵਾਨਾ ਹੋਈਗੇ। ਬੈਠਕ ਦੌਰਾਨ ਉਹ ਖੇਤਰੀ ਤੇ ਅੰਤਰਰਾਸ਼ਟਰੀ ਸੁਰੱਖਿਆ ਮੁੱਦਿਆਂ ਉੱਪਰ ਮੰਚ ਗੀ ਵੀ ਸੰਬੋਧਿਤ ਕਰਨਗੇ। ਏਡੀਐਮਐਮ ਆਸੀਆਨ ਚ ਸਰਵੋੱਚ ਰੱਖਿਆ ਪਰਾਮਰਸ਼ ਦੇਣੇ ਆਲਾ ਤੇ ਸਹਿਯੋਗੀ ਤੰਤਰ ਹੈ ਏਡੀਐਮਐਮ ਪਲੱਸ ਆਸੀਆਨ ਦੇ ਸਦੱਸਿ ਮੁਲਕਾਂ ਚ ਬਰੂਨੇਈ ਕੰਬੋਡੀਆ ਇੰਡੋਨੇਸ਼ੀਆ ਲਾਓਸ ਮਲੇਸ਼ੀਆ ਮਿਆਂਮਾਰ ਫਿਲੀਪੀਨਸ ਸਿੰਗਾਪੁਰ ਥਾਈਲੈਂਡ ਵਿੱਤੇ ਨਾਮ ਤੇ ਭਾਰਤ ਅਮਰੀਕਾ ਚੀਨ ਰੂਸ ਜਾਪਾਨ ਤੇ ਦੱਖਣ ਕੋਰੀਆ ਸਣੇ 8 ਸੰਵਾਦ ਇਸੇਦਾਰਾਂ ਆਸਤੇ ਇੱਕ ਮੰਚ ਹੈ एडीएमएम प्लस मंत्री आसियान ਤੇ 플러스 ਮੁਲਕੇ ਵਿਸ਼ਕਾਰ ਸਹਿਯੋਗੀ ਮਜਬੂਤ ਕਰਨੇ ਆਸਤੇ ਸਲਾਨਾ ਬੈਠਕ ਕਰਦੇ ਆਏਨ ਸ਼੍ਰੀ ਸਿੰਘ ਉੰਦਾ ਆਸਟ੍ਰੇਲੀਆ ਚੀਨ ਜਾਪਾਨ ਲਾਉਸ ਮਲੇਸ਼ੀਆ ਨਿਊਜ਼ੀਲੈਂਡ ਫਿਲੀਪਪੀਨਸ ਦੱਖਣ ਕੋਰੀਆ ਤੇ ਅਮਰੀਕਾ ਦੇ ਆਪਣੇ ਸਮਕક્ષੇ ਕਰਨੇ ਦਪੱਖੀ ਬੈਠਕ ਲਾਣੇ ਦੀ ਮੀਦ ਹੈ ਇਨੇ ਬੈਠਕਾਂ ਦਾ ਮਕਸਦ ਇਨੇ ਮੁਲਕੇ ਕਰਨੇ ਦਪੱਖੀ ਰੱਖਿਆ ਸਹਿਯੋਗੀ ਹੋਰ ਬਦਾਨ ਆਏ ਹਨ ਰੱਖਿਆ ਮੰਤਰੀ ਰਾਜਨਾਥ ਸਿੰਘ ਉਰੇ ਰਾਸ਼ਟਰੀ ਸੰਪ੍ਰਭੂਤਾ ਦੀ ਰੱਖਿਆ ਚ ਭਾਰਤੀ ਵਾਜੂ ਸੈਨਾ ਦੀ ਸਮਰਪਣ ਤੇ ਪੇਸ਼ੇਵਰਤਾ ਦੀ ਸراہਨਾ ਕੀਤੀ ਹੈ ਕੱਲ ਨਵੀਂ ਦਿੱਲੀ ਚ ਭਾਰਤੀ ਵਾਜੂ ਸੈਨਾ ਦੇ ਬਰੇ ਚ ਦੋਹਾਂ ਬਾਰੀ ਲੱਗਨੇ ਆਲੀ ਕਮਾਂਡਰ ਦੇ ਸਮੇਲਨ ਦੌਰਾਨ ਇਸ ਸਭਾ ਗੀ ਸੰਬੋਧਿਤ ਕਰਦੇ ਹੋਈ ਸ਼੍ਰੀ ਸਿੰਘ ਉਰੇ ਵਾਜੂ ਸੈਨਾ ਦੀ ਵਿਕਸ਼ਿਤ ਚੁਣੌਤੀਆਂ ਦੇ ਮੁਆਫਕ ਹੋਣੇ ਦੀ ਸਮਰਥ ਉਪਰ ਭਰੋਸਾ ਜਤਾਇਆ ਉਨੇ ਰੱਖਿਆ ਮੰਤਰਾਲੇ ਦੇ ਕਮਾਂਡਰਾਂ ਤੇ ਵਿਰਸ਼ਟ ਅਧਿਕਾਰੀਆਂ ਦੀ ਆਖਿਆ ਜੇ ਉਹ ਰਾਸ਼ਟਰੀ ਮਕਸਦਾਂ ਤੇ ਆਸੇ ਮੇਦਿਆਂ ਦੇ ਮੁਤਾਬਕ ਸ਼ਮਤਾ ਤੇ ਸ਼ਮਤਾ ਨਿਰਮਾਣ ਦੀ ਪ੍ਰਕਿਰਿਆ ਕੀ ਔਰ ਮਤਾ ਕੁਸ਼ਲ ਤੇ ਅਸਰਦਾਰ ਬਣਾਉਣੇ ਦੇ ਸਾਧਨੇ ਕੀ ਦਿਖਨ ਭਾਰਤ ਨੇ ਵਿਕਾਸਸ਼ੀਲ ਮੁਲਕਾਂ ਦੀ مالی ਜ਼ਰੂਰਤਾਂ ਕੀ ਅਪਣਾਣੇ ਕਰਨੇ ਜੁੜੀ ਬਚਨ ਬੰਤਾਈਆਂਗੀ ਪੂਰਨ ਲਈ ਵਿਕਸਿਤ ਮੁਲਕਾਂ ਦਾ ਆਵਾਨ ਕੀਤਾ ਹੈ ਅਜ਼ਰਬੈਜਾਨ ਦੇ ਬਾਕੂ ਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸ਼ਿਖਰ ਸੰਮੇਲਨ ਲਈ ਕਾਪ 29 ਦੌਰਾਨ ਉੱਚ ਸਤਰੀ ਮંત્રી ਸਤਰੀ ਸੰਵਾਦ ਜਲਵਾਯੂ ਪਰਿਵਰਤਨ ਮੁਆਫਕ ਦੇ ਇੱਕ ਵਕਤਵਿਚ ਭਾਰਤ ਨੇ ਆਖਿਆ ਜੇ ਵਿਕਸਿਤ ਮੁਲਕੇ ਆਸਿਆ ਉਤਸਰਜਨ ਕਾਰਬਨ ਕਰੀ ਵਿਕਾਸਸ਼ੀਲ ਮੁਲਕ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਦੀ ਬੁਰੀ ਚਾਲੀਮਾਰ ਚੱਲਾ ਕਰਦੇ ਨੇ ਇਹਦੇ ਕੰਨੇ ਵਿਕਾਸਸ਼ੀਲ ਮੁਲਕਾਂ ਦੇ ਲੋਕਾਂ ਦਾ ਜੀਵਨ ਤੇ ਉੰਦੀ ਰੋਜੀ ਰੂਟੀ ਖਤਰੇ ਚ ਆਈ ਗਈ ਹੈ ਮਾਲੀ ਸੰਸਾਧਨ ਦੇ ਮਤਵਕਾਂਕਸ਼ੀ ਚਲਨ ਦੀ ਫੌਰੀ ਜ਼ਰੂਰਤਾਂ ਦਾ ਜ਼ਿਕਰ ਕਰਦੇ ਹੋਏ ਭਾਰਤ ਨੇ ਆਖਿਆ ਜੇ ਨਵਾਂ ਸਮੂਹਿਕ ਪਰਿਮਾਨਿਤ ਲਕਸ਼ਯ ਐਨ ਸੀ ਕਿਓ ਜੀ ਦੀ ਘੱਟ ਰਫ਼ਤਾਰ ਵਾਲੀ ਅਦਾਇਗੀ ਪ੍ਰਕਿਰਿਆ ਬਦਲਦੀ ਜ਼ਰੂਰਤਾਂ ਕੀ ਮੁਆਫਕ ਬਣਾਉਣ ਦੇ ਲਚੀਲੇਪਨ ਦੀ ਕਮੀ ਤੇ ਸਖਤ ਪਾਤਰਤਾ ਮਾਣਦੰਡ ਦੇ ਕੰਨੇ ਜਟਿਲ ਮਨਜ਼ੂਰੀ ਪ੍ਰਕਿਰਿਆਆਂ ਕੀ ਨਿਪਟਾਉਣ ਦੀ ਜ਼ਰੂਰਤ ਹੈ ਇਸ ਚਾਲੀ ਦੀ ਪ੍ਰਿਕਰਾਂ ਜਲਵਾਜੂ ਵਿੱਤ ਹਾਸਲ ਕਰਨੇ ਚ ਅੜਚਨ ਬਣਦੀ ਹੈ ਸੰਯੁਕਤ ਰਾਸ਼ਟਰ ਦੇ ਮहासਚਿਵ ਐਂਟੋਨੀਓ ਗੁਤਰੇਸ ਹੋਰੇ ਜੀ 20 ਮੁਲਕਾਂ ਦੀ ਆਖਿਆ ਹੈ ਜੇ ਉਹ ਗਰੀਬੀ ਫਰਕੋ ਫਰਕੀ ਤੇ ਜਲਵਾਜੂ ਪਰਿਵਰਤਨ ਜਨੇ ਦਬਾਬ ਵਾਲੇ ਮੁੱਦੇ ਕੀ ਦੂਰ ਕਰਨੇ ਲਈ ਕੁਲ ਸੰਸਾਰੀ ਸ਼ਾਸਨ ਸੁਧਾਰੇ ਚ ਅੱਗੇ ਵਧਣ ਗੁਤਰੇਸ ਹੋਰੇ ਇਹ ਵੀ ਜ਼ੋਰ ਦਿੰਦਾ ਜੇ ਦੁਨੀਆ ਭਰੇ ਚ ਰਮਾਨਦਾਰੀ ਲਈ ਸੰਯੁਕਤ ਰਾਸ਼ਟਰ ਦੇ ਚਾਰਟਰ ਸ਼ਾਸਨ ਸਰਵੰਧੀ ਕਾਨੂੰਨ ਸੰਯੁਕਤ ਰਾਸ਼ ਦੇ ਪ੍ਰਸਤਾਵ ਤੇ ਸੰਪ੍ਰਭੂਤਾ ਸਿਆਸੀ ਆਜ਼ਾਦੀ ਤੇ ਰਾਜ ਦੀ ਇਲਾਕਾਈ ਅਖੰਡਤਾ ਦੇ ਸਿਧਾਂਤਿਆਂ ਉਪਰ ਅਧਾਰਿਤ ਕਾਰਵਾਈਆਂ ਦੀ ਲੋੜ ਹੈ ਇਹ ਖਬਰਾਂ ਤੁਸ ਆਕਾਸ਼ਵਾਨੀ ਉਪਰਾ ਸੁਣਾ ਕਰਦੇ ਹੋ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਹੋਰੇ ਅੱਜ ਆਖਿਆ ਜੇ ਭਾਰਤ ਦੀ ਰਚਨਾਤਮਕ ਅਰਥਵਿਵਸਥਾ 3 ਬਿਲੀਅਨ ਡਾਲਰ ਦੇ ਉਦਯੋਗ ਦੇ ਰੂਪੇ ਚ ਉਭਰੀ ਚੁਕੀ ਹੈ ਇਹ ਸਖਲ ਕਰੇਲੂ ਉਤਪਾਦ ਦਾ ਤਕਰੀਬਨ 25 ਫੀਸਦੀ ਯੋਗਦਾਨ ਕਰਨ ਦੇ ਕੰਨੇ 8 ਫੀਸਦੀ ਕਾਰੇਬਲਗੀ ਰੋਜੀ ਰੁੱਟੀ ਪ੍ਰਦਾਨ ਕਰਾ ਕਰਦੀ ਹੈ ਅੰਗਰੇਜ਼ੀ ਤੇ ਹਿੰਦੀ ਦੇ ਸਮਾਚਾਰ ਪੱਤਰੇ ਚ ਸ਼ਾਇਆ ਇੱਕ ਲੇਖ ਚ ਸ਼੍ਰੀ ਵੈਸ਼ਨਵ ਔਰੇ ਆਖਿਆ ਜੇ 3000 ਕਰੋੜ ਰੁਪਏ ਥਵਾ ਮਤੇ ਮੁੱਲੇ ਦੇ ਵਿਪਸ਼ਣ ਖੇਤਰ ਤੇ 2 ਲੱਖ ਤੋਂ ਵੱਧ ਮਤੇ ਪੂਰਨ ਕਾਲਿਕ ਸਮਗਰੀ ਨਿਰਮਾਤਾਇ ਕਨੇ ਇਹ ਉਦਯੋਗ ਇੱਕ ਗਤੀਸ਼ੀਲ ਸ਼ਕਤੀ ਬਣੀ ਚੁਕਿਆ ਹੈ। ਸ਼੍ਰੀ ਵੈਸ਼ਨਵ ਉਰੇ ਆਖਿਆ ਜੇ ਸਰਕਾਰ ਤਰੇ ਪ੍ਰਮੁੱਖ ਥੰਮੇਗੀ ਪਹਿਲ ਦਿਆ ਕਰਦੀ ਹੈ। ਇੰਦੇ ਚ ਪ੍ਰਤਿਭਾ ਪਾਈਪਲਾਈਨ ਨੇ ਕੀ ਸਸ਼ਕਤ ਬਣਾਣਾ ਨਿਰਮਾਤਾਇ ਲਈ ਅਵ ਸੰਰਚਨਾਏ ਦਾ ਸਸ਼ਕਤੀਕਰਨ ਤੇ ਵਿਸ਼ਵਿਕ ਮੰਚ ਉਪਰ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਗੀ ਅੱਗੇ ਵਧਾਉਣੇ ਲਈ ਕਥਾਵਾਚਕੀ ਗੀ ਬਲ ਪ੍ਰਦਾਨ ਕਰਨੇ ਦੀ ਵਿਵਸਥਾ ਦਾ ਸੁਪਰਵੰਧਨ ਕਰਨਾ ਸ਼ਾਮਲ ਹੈ ਉਹਨੇ ਆਖਿਆ ਜੇ ਇਸ ਪਰਿਕਲਪਨਾ ਦੇ ਹਿੱਸੇ ਦੇ ਰੂਪੇ ਚ ਭਾਰਤੀ ਰਚਨਾਤਮਕ ਪ੍ਰਯੋਗਿਕੀ ਸੰਸਥਾਨ ਦੀ ਸਥਾਪਨਾ ਨਵਾਂਚਾਰ ਤੇ ਰਚਨਾਤਮਕਤਾ ਗੀ ਬੜਾਵਾ ਦੇਣੇ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਗੀ ਦਰਸਾਉਂਦਾ ਹੈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਹੋਰੇ ਆਖਿਆ ਹੈ ਕਿ ਗਤੀ ਸ਼ਕਤੀ ਵਿਸ਼ਵ ਵਿਦਿਆਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਦ੍ਰਿਸ਼ਟੀਕੋਣ ਮੁਜਬ ਮੁਲਕ ਤੇ ਦੁਨੀਆ ਦੇ ਬਿਹਤਰੀਨ ਵਿਸ਼ਵ ਵਿਦਿਆਲੇ ਦੇ ਤੋਰਾ ਉੱਪਰ ਉਭਰਨੇ ਗੀ ਤਿਆਰ ਹੈ ਕੱਲ ਨਵੀਂ ਦਿੱਲੀ ਚ ਸ਼ੀਰਸ਼ ਸੰਸਥਾ ਦੀ ਪਹਿਲੀ ਬੈਠਕ ਦੀ ਅਧਿਕਸ਼ਤਾ ਕਰਦੇ ਹੋਈ ਵੈਸ਼ਨਵ ਹੋਰੇ ਆਖਿਆ ਕਿ ਇਹ ਵਿਸ਼ਵ ਵਿਦਿਆਲੇ ਉਦਯੋਗ ਤੇ ਰੋਜ਼ਗਾਰ ਕੇਂਦਰੀਤ ਪਾਠਿਕਰਮ ਉਪਲਬਧ ਕਰਵਾਗ ਇੰਦੇ ਚ ਰੇਲਵੇ ਵਿਮਾਨਨ ਰਾਜ ਮਾਰਗ ਜਹਾਜ਼ ਰਾਨੀ ਤੇ ਰੱਖਿਆ ਖੇਤਰ ਕੰਨੇ ਸੰਬੰਧਿਤ ਪਾਠੇਕ੍ਰਮ ਸ਼ਾਮਲ ਉਂਗਨ ਰੇਲ ਮੰਤਰੀ ਹੋਰੇ ਆਖਿਆ ਜੇ ਭਾਰਤੀ ਰੇਲਵੇ ਪ੍ਰਬੰਧਨ ਸੇਵਾ ਦੇ ਨਵੇਂ ਸੰਯੁਕਤ ਅਧਿਕਾਰੀਆਂ ਦੀ ਗਤੀ ਸ਼ਕਤੀ ਵਿਸ਼ਵ ਵਿਦਿਆਲੇ ਆਸਿਆ ਤੈ ਸਿਖਲਾਈ ਦਿੱਤੀ ਜਾਗ ਇਸ ਸਿਖਲਾਈ ਚ ਕੇਂਦਰੀ ਸਿਖਲਾਈ ਸੰਸਥਾਨੇ ਤੇ ਅਧਿਯੋਗੇ ਥਾਵਾ ਹਾਸਿਲ ਸਿਧਾਂਤਿਕ ਤੇ ਹੋਰ ਦੂਏ ਅਨੁਭਵ ਸ਼ਾਮਲ ਉਂਗਨ ਇਸ ਦੇ ਮਗਰਾ ਗਤੀ ਸ਼ਕਤੀ ਵਿਸ਼ਵ ਵਿਦਿਆਲੇ ਥਾਵਾ ਐਮਬੀਏ ਦੀ ਡਿਗਰੀ ਤੌਗ ਸਰਕਾਰ ਨੇ ਸੰਸਦ ਦੇ ਸਿਆਲੇ ਵਾਲੇ اجلاس ਥਾਵਾ ਪਹਿਲੇ ਇਸਮੀ ਨੇ ਦੀ 24 ਤਰੀਕ ਦੀ ਸਰਵ ਦਲੇ ਬੈਠਕ ਸੱਦੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਬੈਠਕ ਦੀ ਪ੍ਰਧਾਨਤਾ ਕਰਨਗਣ ਬੈਠਕ ਵਿੱਚ ਸਰਕਾਰ اجلاس ਦੌਰਾਨ ਲੋਕ ਸਭਾ ਤੇ ਰਾਜ ਸਭਾ ਦਾ ਸਚਾਰੂ ਕੰਮ ਕਾਜ ਯਕੀਨੀ ਬਣਾਉਣ ਲਈ ਸੱਬੇ ਸਿਆਸੀ ਦਲੇ ਦਾ ਸਹਿਯੋਗ ਮੰਗੂਗ ਸੰਸਦ ਦਾ ਸਿਆਲੇ ਆਲਾ اجلاس ਇਸ ਮਹੀਨੇ ਦੀ 25 ਤਰੀਕ ਤੋਂ ਸ਼ੁਰੂ ਹੋਗ ਤੇ 20 ਦਸੰਬਰ ਤੱਕ ਚਲੋਗ 26 ਨਵੰਬਰ ਦੀ ਸੰਵਿਧਾਨ ਦਿਵਸ ਦੇ ਉਪਲਕਸ਼ਿ ਚ ਸੰਸਦ ਦੀ ਕੋਈ ਬੈਠਕ ਨਹੀਂ ਕੀਤੀ ਜਾਗ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ प्रांत ਦੇ ਬਨੂ ਜ਼ਿਲ੍ਹੇ ਦੇ ਮਾਲੀ ਖੇਲ ਇਚ ਇੱਕ ਸੁਰੱਖਿਆ ਜਾਂਚ ਚੌਕੀ ਉੱਪਰ ਆਤਮਗਾਤੀ ਅਮਲੇ ਚ 12 ਜਵਾਨ ਮਾਰੇ ਗਏ ਨੇ ਤੇ 10 ਗੰਭੀਰ ਤੋਰਾ ਪਰ ਜ਼ਖਮੀ ਹੋਏ ਨੇ ਇਹ ਅਮਲਾ ਨੇ ਸਮੇਂ ਚ ਉਹ ਆ ਜਿਸ ਲਈ ਖੈਬਰ ਪਖਤੂਨ ਖਵਾ ਤੇ بلوچستان ਪ੍ਰਾਂਤ ਚ ਸੁਰੱਖਿਆ ਬਲੈ ਉਪਰ ਅਮਲੇ ਚ ਮਤਾਬਾਦਾ ਦਿਖਿਆ ਜਾ ਕਰਦਾ ਹੈ ਭਾਰਤ ਤੇ ਚੀਨ ਨੇ ਸ਼ਾਂਤੀ ਬਣਾਈ ਰੱਖਣ ਲਈ ਬੰਨੇ ਉਪਰ ਆਪਣੇ ਸੈਨੇ ਬਲੈਂਗੀ ਪਿਛੇ ਵਾਪਸ ਪਰਤਾਨੇ ਉਪਰ ਜ਼ੋਰ ਦਿੱਤਾ ਹੈ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਉਹ ਰਹੇ ਕੱਲ ਜੀ 20 ਸ਼ਿਖਰ ਸੰਮੇਲਨ ਦੇ ਬਖਬਾਰੇ ਰਿਓ ਡੀ ਜਨੇਰੀਓ ਚ ਚੀਨੀ ਵਿਦੇਸ਼ ਮੰਤਰੀ ਬਾਂਗ ਜੀ ਉਹਦੇ ਕੰਨੇ ਮਲਾਟੀ ਕੀਤੀ ਇਸ ਦੌਰਾਨ ਦੋਨੇ ਮੁਲਕੇ ਖਾਸ ਨੁਮਾਇੰਦੇ ਤੇ ਵਿਦੇਸ਼ ਸਚਿਵ ਉਪ ਮੰਤਰੀ ਤੰਤਰ ਦੀ ਬੈਠਕ ਤੋਲੇਗੇ ਕਰਨੇ ਉਪਰ ਆਮੀ ਪਰੀ ਡਾਕਟਰ ਜੈ ਸ਼ੰਕਰ ਉਹਰੇ ਜੀ 20 ਚ ਤੇ ਐਸਈਓ ਤੇ ਬ੍ਰਿਕਸ ਦੇ ਢਾਂਚੇ ਚ ਭਾਰਤ ਤੇ ਚੀਨ ਨੇ ਦੱਸੇ ਗਏ ਦੇ ਸਹਿਯੋਗ ਉੱਪਰ ਵੀ ਲੋਪਾਈ ਦੋਨੇ ਲੀਡਰ ਨੇ ਵਿਚਾਰ ਕੀ ਗਈ ਬਾਰੇ ਵੀ ਚਰਚਾ ਕੀਤੀ ਗਈ ਜਿੰਦੇ ਚ ਕਿਲਾਸ਼ ਮਾਨ ਸਰੋਵਰ ਯਾਤਰਾ ਕੀ ਦੁਬਾਰਾ ਸ਼ੁਰੂ ਕਰਨਾ ਸੀਮਾ ਪਾਰ ਨਦੀਆਂ ਬਾਰੇ ਆਂਕੜੇ ਕੀ ਸਾਂਝਾ ਕਰਨਾ ਭਾਰਤ ਤੇ ਚੀਨ ਵਿਚਕਾਰ ਸਿੱਧੀ ਡੁਵਾਰੀਆਂ ਤੇ ਮੀਡੀਆ ਕੀ ਸਾਂਝੀ ਕਰਨਾ ਸ਼ਾਮਲ ਹੈ ਆਖੀਚ ਭਾਰਤ ਨੇ ਮਹਿਲਾ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਚ ਬਿਹਾਰ ਦੇ ਰਾਜਗੀਰ ਚ ਖੇਡੇ ਗਏ ਦੇ ਫਾਈਨਲ ਮੈਚ ਚ ਚੀਨ ਕੀ 1-0 ਕਨੇ ਰਾਏ ਦਿੱਤਾ ਹੈ ਇਹ ਇਕਲਾ ਗੋਲ ਦੀਪਕਾ ਦੀ ਬਦੌਲਤ ਭਾਰਤ ਕੀ ਅਸਲ ਹੋ ਆ ਤੇ ਇਹ ਦੀਪਕਾ ਦਾ ਟੂਰਨਾਮੈਂਟ ਚ ਯਾਰਮਾ ਗੋਲ ਹੈ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪ੍ਰਤੀ ਸੁਣੀ ਲਓ Jharkhand ਵਿੱਚ ਸਖਤ ਸੁਰੱਖਿਆ ਬੰਦੋਬਸਤ ਐਟ ਦੂਏ ਤੇ ਅਖੀਰੀ ਮਰਲੇ ਦੇ ਬਾਹਰਲੇ ਜ਼ਿਲ੍ਹੇ ਪਰ ਦੇ 36 ਹਲਕੇ ਚ ਚੋਣਾਂ ਰਮਾਨਦਾਰੀ ਕਰਨੇ ਹੋਇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਗੁਆਨਾ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਇਰਫਾਨ ਅਲੀ ਉੰਦੇ ਕਰਨੇ ਜਾਰਜੀ ਟਾਊਨ ਵਿੱਚ ਅੱਜ ਸੰਝਾ ਗੱਲਬਾਤ ਕਰਨਗਣ ਰੱਖਿਆ ਮੰਤਰੀ ਰਾਜਨਾਥ ਸਿੰਘ ਔਰ ਲੌਸੀਚ ਆਪਣੇ ਚੀਨੀ ਹਮ ਰਤਬਾ ਉੰਦੇ ਕੰਨੇ ਦਪਕੀਆ ਬੈਠਕ ਕੀਤੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਔਰੇ ਆਖਿਆ ਹੈ ਜੇ ਭਾਰਤ ਦੀ ਰਚਨਾਤਮਕ ਅਰਥ ਵਿਵਸਥਾ 3 ਬਿਲੀਅਨ ਡਾਲਰ ਦੇ ਉਦਯੋਗ ਦੇ ਤੌਰ 'ਤੇ ਉਭਰੀ ਹੈ ਤੇ ਸੰਸਦ ਦੇ ਸਿਆਲੇ ਵਾਲੇ اجلاس ਤੋਂ ਪਹਿਲੇ ਸਰਕਾਰ ਨੇ ਸਰਵ ਦੇਲੇ ਬੈਠਕ ਸੱਦੀ ਹੈ ਖਬਰਾਂ ਦੇ ਇਸ ਬੁਲੇਟਿਨ ਚ ਬਸ ਇਨਾਂਗੇ